ਇੱਕ ਮਿੰਟ, ਤੈਨੂੰ ਖੁਦਾ ਦਾ ਵਾਸਤਾ, ਤੈਨੂੰ ਕੁਰਾਨ ਪਾਕ ਦਾ ਵਾਸਤਾ, ਵੀਡੀਓ ਸ਼ੇਅਰ ਕਰਨੀ ਆ, ਮੇਰੀ ਗੱਲ ਪੂਰੀ ਸੁਣ ਕੇ ਅਤੇ ਸ਼ੇਅਰ ਲਾਜ਼ਮੀ ਕਰਨੀ ਆ। ਮੈਂ ਇਹ ਗੱਲ ਕਰ ਰਿਹਾ ਕਿ ਇਹ ਕੰਪਨੀ ਖੁਦਾ ਦੀ ਕਸਮ ਬੰਦ ਕਰ ਦੇਣੀ ਚਾਹੀਦੀ ਹੈ। ਇਹ ਮਰੀਮ ਨਵਾਜ਼ ਤੱਕ ਮੇਰੀ ਆਵਾਜ਼ ਜਾਣੀ ਚਾਹੀਦੀ ਹੈ। ਇਹ ਕੁਰਾਨ ਪਾਕ ਦਾ ਲਫ਼ਜ਼, ਕੁਰਾਨ ਪਾਕ ਦੇ ਵਿੱਚ ਆਪਣੇ ਇਹ ਬੁੱਤਾਂ ਦੀ ਸ਼ਕਲ ਜਿਹੜੀ ਹੈ ਇਹ ਬਣਾਈ ਜਾ ਰਹੀ ਆ, ਠੀਕ ਆ। ਇਹ ਆਪਣੀ ਕਮਜ਼ੋਰੀ ਹੈ, ਆਪਣੀ ਅੱਲਾ ਦੀ ਕਸਮ, ਇਹ ਆਪਣੀ ਕਮਜ਼ੋਰੀ ਹੈ ਕਿ ਆਪਾਂ ਆਵਾਜ਼ ਨਹੀਂ ਚੁੱਕਦੇ। ਲੇਕਿਨ ਕਸਮ ਵਾਲੀ ਗੱਲ ਆ, ਬਸ ਵੀ ਇਹ ਆਪਾਂ ਨੂੰ ਗੁਨਾਹ ਹੋ ਰਿਹਾ। ਆਪਾਂ ਦੇਖ ਕੇ ਵੀ ਆਪਾਂ ਅਮਲ ਨਹੀਂ ਕਰਦੇ, ਆਵਾਜ਼ ਨਹੀਂ ਚੁੱਕਦੇ ਗੇ, ਠੀਕ ਆ। ਇਹ ਕੁਰਾਨ ਪਾਕ ਆਪਣੇ ਵਾਸਤੇ ਮੁਕੱਦਸ ਕਿਤਾਬ ਐਸੀ ਆ ਕਿ ਅੱਲਾ ਦੀ ਕਸਮ ਹੈ, ਇਹ ਆਪਣੇ ਨਬੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਉਤਾਰੀ ਗਈ ਸੀ, ਠੀਕ ਹੈ। ਖੁਦਾ ਦੀ ਕਸਮ, ਇਹ ਆਪਾਂ ਆਪਣੇ ਅਮਾਲ, ਆਪਣਾ ਜ਼ਿਹਨ ਬਿਲਕੁਲ ਇਸ ਟਾਈਮ ਬੰਦ ਕਰ ਦਿੱਤਾ। ਤੁਸੀਂ ਨਾ ਆਵਾਜ਼ ਚੁੱਕਦੇ ਹੋ, ਨਾ ਕੁਛ ਕਹਿੰਦੇ ਹੋ। ਇਹ ਕੰਪਨੀ ਬੰਦ ਹੋਣੀ ਚਾਹੀਦੀ ਹੈ, ਬਸ।